ਕਿ ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ੀਲੈਂਡ ਪੰਜਾਬੀ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਧੱਕਾ ਗੀਤ ਤੋਂ ਮਸ਼ਹੂਰ ਹੋਣ ਵਾਲੀ ਪੰਜਾਬੀ ਸਿੰਗਰ ਅਫਸਾਨਾ ਖਾਨ ਹੁਣ ਇੱਕ ਨਵੇਂ ਵਿਵਾਦ ਵਿੱਚ ਸਾਹਮਣੇ ਆਈ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਫਸਾਨਾ ਖਾਨ ਇਹਨਾਂ ਦਿਨੀ ਇੱਕ ਨਾਮੀ ਟੀਵੀ ਚੈਨਲ ਦੇ ਸ਼ੋਅ ਬਿੱਗ ਬੌਸ ਦਾ ਹਿੱਸਾ ਬਣੀ ਹੋਈ ਹੈ ਤੇ ਸ਼ੋਅ ਵਿੱਚ ਅਫਸਾਨਾ ਦੀ ਪਰਫਾਰਮੈਂਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦਰਅਸਲ ਅਫਸਾਨਾ ਵਿਵਾਦਾਂ ਵਿੱਚ ਉਦੋਂ ਆਈ ਜਦੋਂ ਸ਼ੋਅ ਦੌਰਾਨ ਉਸਨੇ ਹਿੰਦੂ ਧਰਮ ਦੇ ਪਵਿੱਤਰ ਤਿਉਹਾਰ ਕਰਵਾ ਚੌਥ ਦਾ ਮਜ਼ਾਕ ਬਣਾ ਦਿੱਤਾ। ਹਿੰਦੂ ਸਮਾਜ ਵਿੱਚ ਇਸ ਦਿਨੀ ਪਤਨੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਨੇ, ਪਰ ਅਫਸਾਨਾ ਨੇ ਇਸ ਦਿਨ ਕੁਝ ਹੋਰ ਹੀ ਕਰ ਦਿੱਤਾ, ਜਿਸ ਕਾਰਨ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਉਸਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ। ਦਰਅਸਲ ਅਫਸਾਨਾ ਨੇ ਕਰਵਾ ਚੌਥ ਦਾ ਵਰਤ ਰੱਖਿਆ ਹੋਇਆ ਸੀ ਤੇ ਸ਼ੋਅ ਦੇ ਪਾਰਟਿਸਪੈਂਟ ਜੈ ਭਾਨੂਸ਼ਾਲੀ ਤੇ ਪ੍ਰਤੀਕ ਸਹਿਜਪਾਲ ਜਦੋਂ ਅਫਸਾਨਾ ਨੂੰ ਭੁੱਖ ਨਾਲ ਤੰਗ ਹੁੰਦੇ ਵੇਖਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਇੱਕ ਕਾਰਨਰ ਵਿੱਚ ਜਾ ਕੇ ਆਪਣਾ ਖਾਣਾ ਖਾ ਸਕਦੀ ਹੈ। ਉਹਨਾਂ ਦੇ ਵਾਰ ਵਾਰ ਕਹਿਣ ਤੋਂ ਬਾਅਦ ਅਫਸਾਨਾ ਕੈਮਰਿਆਂ ਸਾਹਮਣੇ ਬੈਠ ਕੇ ਖਾਣਾ ਖਾਂਦੀ ਹੋਈ ਦਿਖਾਈ ਦਿੰਦੀ ਹੈ, ਜਿਸ ਨੂੰ ਟੀਵੀ ਤੇ ਵੀ ਦਿਖਾ ਦਿੱਤਾ ਜਾਂਦਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਹੀ ਇਸ ਦੀ ਜਾਣਕਾਰੀ ਸ਼ੋਅ ਦੇ ਮੇਕਰਸ ਨੂੰ ਵੀ ਸੀ। ਇਸ ਮਾਰਕ ਸੇ ਕੱਟ ਕਰਨਾ ਔਰ ਨੈਕਸਟ ਮਾਰਕ ਜੇ ਬੋਲੂੰਗਾ ਤਬ ਸ਼ੁਰੂ ਕਰਨਾ, ਠੀਕ ਹੈ? ਕੱਟ ਖਾ ਲਓ, ਪੂਰੀ ਨਿਕਲ ਗਈ ਭਾਈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਅਫਸਾਨਾ ਖਾਨ ਵੱਲੋਂ ਕਿਸੇ ਧਰਮ ਦਾ ਇਸ ਤਰ੍ਹਾਂ ਅਪਮਾਨ ਕਰਨਾ ਠੀਕ ਹੈ ਜਾਂ ਨਹੀਂ? ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ। ਇਸ ਦੇ ਨਾਲ ਇਸ ਵੀਡੀਓ ਵਿੱਚ ਇੰਨਾ ਹੀ। ਪੰਜਾਬੀ ਇੰਡਸਟਰੀ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।